ਹੋ ਗਈ ਤੀਜੀ ਗਾਨੀਆਂ ਗਾਲੋ ਜੀ ਗਾਲੋ ਬੋਲੀਆਂ ਗਾਲੋ ਰੋਟੀ ਮੱਕੀ ਵਾਹਿਗੁਰੂ ਨੂੰ ਜੋ ਮਨਜ਼ੂਰ ਕੁਛ ਵੱਡਾ ਹੋਣ ਤੋਂ ਟਲ ਗਿਆ ਮਮਾ ਫੜਾ ਆ ਗਿਆ ਮੇਰਾ ਟੱਬਰ ਕਮਲਾ ਆ ਗਿਆ ਮੌਸਮ ਠੰਡਾ ਠੰਡਾ ਹੋਇਆ ਪਿਆ ਵਧੀਆ ਵਾਲਾ ਵੈਦਰ ਹੋਇਆ ਪਿਆ ਕੱਲ ਮੀਂਹ ਕਾਰਨ ਸੁਬਹਾ ਦੇ ਵੱਜ ਗਏ ਆ 6 ਵਜਣ ਵਾਲੇ ਆ ਗੁੱਡ ਮਾਰਨਿੰਗ ਗਾਈਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੋਗ 'ਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਬੈਕ ਸਾਡੇ ਚੈਨਲ 'ਤੇ ਠੰਡੀ ਠੰਡੀ ਮਾਰਨਿੰਗ ਦੇ ਨਾਲ ਸੋਹਣੇ ਸੋਹਣੇ ਫੁੱਲ ਮੁਰਝਾਏ ਪਏ ਆ ਥੋੜ੍ਹਾ ਜਿਹਾ ਦਿਨ ਚੜੂਗਾ ਤਾਂ ਫਿਰ ਉਹ ਖਿਲਣਗੇ ਆਪਾਂ ਉੱਠ ਗਏ ਸੀ ਮੈਨੂੰ ਮੈਡਮ ਪੜ੍ਹ ਰਹੀ ਆ ਕਿਉਂਕਿ ਆਪਣੇ ਚੱਲ ਰਹੇ ਆ ਪੇਪਰ ਅਤੇ ਐਪਲ ਆਪਾਂ ਗੁਣ ਨੂੰ ਕੱਟ ਕੇ ਦੇ ਤਾ ਨਾਲ ਦਿੰਦੇ ਹਾਂ ਬਦਾਮ ਛਿੱਲ ਰਿਹਾ ਸੀਗਾ ਫਿਰ ਮੈਂ ਕਿਹਾ ਬਾਹਰ ਟਰਾਈ ਲੱਗ ਗੇੜਾ ਲੱਗ ਗਿਆ ਇੱਕ ਚਲੋ ਕਿੰਨਾ ਕੁ ਰਹਿ ਗਿਆ ਚੈਪਟਰ 9 ਤੇ ਆ ਗਿਆ ਜਲਦੀ ਜਲਦੀ ਕਰੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਹਿਬ ਹਜੇ ਸੁੱਤਾ ਪਿਆ ਦੋ ਵਾਚਿਸ ਕੀ ਕਰਨੀਆਂ ਕੱਢ ਕੇ ਬਾਅਦ ਵਿੱਚ ਵੀ ਰੱਖਣੀਆਂ ਹੁੰਦੀਆਂ ਗੁੰਨੂ ਮੈਡਮ ਮੂੰਹ ਚ ਐਪਲ ਪਾਇਆ ਹੋਇਆ ਗਾ ਪਹਿਲਾਂ ਖਾ ਲਾ ਤਾਜ਼ਾ ਤਾਜ਼ਾ ਚਲ ਨਾਉਣ ਜਾਓ 7 ਵੱਜ ਗਏ ਤੂੰ ਕੀ ਕਰਨਾ ਤੂੰ ਤਾਂ ਬਾਹਰ ਗੇੜੇ ਕੱਢੀ ਜਾਂਦੀ ਸੀਗੀ ਉਹ ਲਾਈਟ ਕਿਵੇਂ ਵਿੱਚ ਅੜੀ ਜਾਂਦੀ ਆ ਬਾਹਰ ਗੇੜੇ ਕੱਢਣ ਗਈ ਸੀ ਰਿਵੀਜ਼ਨ ਹੋ ਗਈ ਸਾਰੀ ਤੇਰੀ ਉਹ ਦੇਖ ਚੱਕ ਹੌਲੀ ਹੌਲੀ ਵਾਚਿਸ ਬੰਨ ਕੇ ਜਾਣੀਆਂ ਕਹਿੰਦੇ ਪੇਪਰ 'ਚ ਅਲਾਊਡ ਆ ਤੇਰਾ ਟਾਈਮ ਸਹੀ ਆ ਰਿਹਾ ਦਿਖਾਈ ਕਿੰਨਾ ਹੋਇਆ ਦੱਸੀ ਤੂੰ ਦੱਸ ਬੋਲ ਕੇ ਆਪਦੀ ਵਾਚ 'ਤੇ 6:56 ਹੋਇਆ ਚਲੋ ਸਹੀ ਚੱਲਦੇ ਆ ਪਹਿਲਾਂ ਪੇਪਰ ਕੌਣ ਕਰੂਗਾ ਟਾਈਮ ਇੰਨਾ ਦੇਖੀ ਜਾਇਓ ਪੇਪਰ ਕਰਨਾ ਗਾ ਮੈਨੂੰ ਫੜਾ ਦੇ ਫਿਰ ਮੈਂ ਮੰਗੀ ਤਾਂ ਜਾਂਦੀ ਹਾਂ ਨਾ ਹੀ ਉਹਨੂੰ ਨਹਾਉਣ ਦੇ ਪਹਿਲਾਂ ਉਹਨੇ ਰਿਵਾਈਜ਼ ਕਰਨਾ ਗਾਈਜ਼ ਇਹਨੂੰ ਦੱਸੋ ਕਿ ਸੁਬਹ ਸੁਬਹ ਬ੍ਰੇਕਫਾਸਟ ਕਰਕੇ ਘਬਰਾਹਟ ਕਿਹਨੂੰ ਹੁੰਦੀ ਹੈ ਕਹਿੰਦੀ ਮੈਨੂੰ ਘਬਰਾਹਟ ਹੋਊਗੀ ਬਸ ਹੋਰ ਨਹੀਂ ਖਾਣੀ ਮੰਮਾ ਜੇ ਨਾ ਖਾਏਗੀ ਫਿਰ ਘਬਰਾਹਟ ਹੁੰਦੀ ਆ ਜੇ ਖਾਏਗੀ ਫਿਰ ਨਹੀਂ ਹੁੰਦੀ ਰਾਈਟ ਫਿਰ ਨਹੀਂ ਹੁੰਦੀ ਗੀ ਫਿਰ ਐਨਰਜੀ ਆ ਜਾਂਦੀ ਆ ਬੰਦੇ 'ਚ ਜਨਾਬ ਜੀ ਉਹ ਬੰਦ ਕਰ ਆਹ ਪੋਲਿਸ਼ ਕਰਨ ਦਾ ਕੀ ਫਾਇਦਾ ਜੇ ਐਂ ਸਿੱਟਣੇ ਹੁੰਦੇ ਆ ਟੇਢੇ ਉਹ ਮਿੰਟੂ ਸਰ ਪੋਲਿਸ਼ ਕਰਨ ਦਾ ਕੀ ਫਾਇਦਾ ਸ਼ੂਜ਼ ਬਾਅਦ 'ਚ ਆਏ ਬਾਅਦ 'ਚ ਆਏ ਰੋੜ ਦਿੰਦੇ ਆ ਕਿਵੇਂ ਰੋੜਦੇ ਆ ਮਾੜਾ ਰੋੜ ਕੇ ਦਿਖਾਇਓ ਮੰਮੀ ਮੇਰਾ ਜੁੱਤਾ ਸਾਈਡੋ ਰੋੜ ਕੇ ਦਿਖਾਇਓ ਕਿਉਂ ਮੇਰਾ ਆ ਦੇਖ ਪਾਪਾ ਨੇ ਕੀ ਕੀਤਾ ਤੇਰੇ ਸਿੱਧਾ ਕਰਦੇ ਸੇਬੂ ਐਕਸੀਡੈਂਟ ਹੋ ਗਿਆ ਤੁਸੀਂ ਮੇਰਾ ਰੋੜ ਆ ਦੇਖਿਓ ਤੁਹਾਡਾ ਸ਼ੂਜ਼ ਵੀ ਰੋੜੂੰ ਮੈਂ ਚੱਲ 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 ਸੇਬੂ ਐਡਰੈਸ ਪਾਈਏ ਚੱਕ ਹੋ ਗਿਆ ਨਹੀਂ ਨਾ ਸੁੱਕਣ ਦੋ ਉਹਨਾਂ ਨੂੰ ਹੈਂਡ ਵਾਸ਼ ਕਰ ਗਿਆ
ਸੁਬਾ ਸੁਬਾ ਕਮਲ ਇੱਕ ਤਾਂ ਟਾਈਮ ਲੇਟ ਉੱਤੋਂ ਕਮਲ ਮਾਰਨ ਬਹਿ ਗਏ ਸਿਰ ਨਹੀਂ ਵਾਹੂੰਗੀ ਜਿੰਨਾ ਚਿਰ ਪਰੌਂਠੀ ਨਹੀਂ ਫਿਨਿਸ਼ ਕਰੇਗੀ ਬੈਠੀ ਰਹਿ ਤੂੰ ਲੇਟ ਹੋਏਗੀ ਪਰੌਂਠੀ ਜਲਦੀ ਖਾ ਲਾ ਨਹੀਂ ਮਿਲਦਾ ਅੰਡਾ ਹਨਾ ਜਨਾਬ ਜੀ ਰੋਟੀ ਖਾਣੀ ਜ਼ਰੂਰੀ ਹੈ ਨਾ ਉਹ ਦੇਖ ਲਓ ਤਾਕਤ ਆਉਂਦੀ ਹੈ ਨਾ ਐਨਰਜੀ ਆਉਂਦੀ ਹੈ ਨਾ ਤੇਰੇ ਪਾਪਾ ਨੇ ਤੇਰੇ ਪਾਪਾ ਨੂੰ ਛੋਟੇ ਹੁੰਦੇ ਨੇ ਕਿਸੇ ਨੇ ਖਵਾਈਆਂ ਨਹੀਂ ਰੋਟੀਆਂ ਤਾਂ ਹੀ ਤਾਂ ਹੁਣ ਪਾਪਾ ਤੋਂ ਖਾਧੀ ਨਹੀਂ ਜਾਂਦੀ ਸਾਡੇ ਮੰਮਾ ਸਾਨੂੰ ਖਵਾ ਕੇ ਭੇਜਦੀ ਸੀਗੀ ਸੁਬਾ ਸਕੂਲ ਜਾਣ ਤੋਂ ਪਹਿਲਾਂ ਪਰੌਂਠੀ ਪਤਾ ਤੈਨੂੰ ਨਾਨੀ ਕਦੇ ਜਾਣ ਨਹੀਂ ਦਿੰਦੀ ਸੀ ਐਂ ਦੁੱਧ ਦਾ ਗਲਾਸ ਨਾਲ ਪਰੌਂਠੀ ਉਹ ਵੀ ਮਲਾਈ ਨਾਲ ਆਹਾ ਮਜ਼ਾ ਹੀ ਆ ਜਾਂਦਾ ਸੀ ਮਲਾਈ ਹੋਰ ਤੈਨੂੰ ਦੇ ਤੇਰੇ ਕਿੱਥੇ ਲੰਘਦੀ ਹੈ ਜੇ ਕਹਿਦਾ ਮੈਂ ਯਾਦ ਕਰਾ ਰਿਹਾ ਤਾਂ ਮੈਨੂੰ ਦੇ ਦੋ ਉਹ ਖਾਂਦੀ ਨੀਗੀ ਰੋਜ਼ ਖਾਂਦੇ ਸੀ ਅਸੀਂ ਰੋਜ਼ ਮਲਾਈਆਂ ਤਾਂ ਪਰ ਮੇਰੇ ਵਿਆਹ ਤੋਂ ਬਾਹਰ ਗਈ ਸੀ ਇਹਨਾਂ ਨੇ ਮਲਾਈ ਬੰਦ ਕਰਾਤੀ ਮੇਰੇ ਘਰ ਵਾਲੇ ਨੂੰ ਮਲਾਈ ਜਮਾ ਪਸੰਦ ਨਹੀਂ ਖਾਣੇ ਤਾਂ ਕਦੋਂ ਖਾਂਦੀ ਆ ਕਦੇ ਖਾਂਦੀ ਆ ਪਰੌਂਠੇ ਦੇ ਨਾਲ ਜਿੱਦੇ ਆਲੂ ਦਾ ਪਰੌਂਠਾ ਬਣਿਆ ਹੋਵੇ ਫਿਰ ਮੈਂ ਮਲਾਈ 'ਚ ਚਟਨੀ ਪਾ ਕੇ ਖਾਂਦੀ ਹਾਂ ਹਾਏ ਰੋਜ਼ ਕਦੋਂ ਖਾਧੀ ਆ ਜਾਣੇ ਕਦੋਂ ਖਾਧੀ ਆ ਦਿਖਾ ਦਿਓ ਗਾਈਸ ਤੁਸੀਂ ਵੀ ਰੋਜ਼ ਦੇਖਦੇ ਹੋ ਨਾ ਬ੍ਰੇਕਫਾਸਟ ਲੰਚ ਡਿਨਰ 'ਚ ਕਦੇ ਮਲਾਈ ਖਾਧੀ ਆ ਤੁਸੀਂ ਮੈਂ ਦੇ ਗਾਈਸ ਚਲੋ ਮੰਮਾ ਮਲਾਈ ਖਾਂਦਾ ਪਾਪਾ ਦੂਰ ਹੋ ਕੇ ਬਹਿ ਜਾਂਦੇ ਆ ਹਾਂ ਝੂਠਾ ਇੱਕ ਨੰਬਰ ਦਾ ਦੋ ਤਾਂ ਰੋਟੀਆਂ ਤੇ ਆ ਗਈ ਮੈਂ ਵਿਆਹ ਤੋਂ ਪਹਿਲਾਂ ਮੈਂ 4-5 ਰੋਟੀਆਂ ਖਾ ਲੈਂਦੀ ਸੀ ਗਾਈਸ ਹੁਣ ਮੈਂ 2 ਰੋਟੀਆਂ ਤੇ ਆ ਗਈ ਮੋਟੀ ਵੀ ਸੀਗੀ ਗਾਈਸ ਮੈਂ ਦੱਸਿਓ ਮੋਟੀ ਸੀਗੀ ਇਹਨੂੰ ਮੋਟਾ ਕਿਹਾ ਜਾਂਦਾ ਹੈ ਪ੍ਰੂਫ ਸਭ ਮੈਂ ਮੋਟੀ ਸੀਗੀ ਵਿਆਹ ਵੇਲੇ ਜਮਾਂ ਪਤਲੀ ਸੀ ਜਦੋਂ ਮੈਂ ਵਿਆਹ ਵੇਲੇ ਵਾਲੇ ਸੂਟ ਆ ਨਾ ਮੇਰੇ ਉਹ ਹੁਣ ਗੁੰਨੂ ਦੇ ਆ ਜਾਣਗੇ ਇੰਨੇ ਪਤਲੀ ਸੀਗੀ ਮੈਂ ਸਲਿਮ ਫਿੱਟ ਹੋਊਗੀ ਚੱਕੀ ਨਹੀਂ ਜਾਂਦੀ ਸੀ ਤੂੰ ਝੂਠੇ ਗਾਈਸ ਜਦੋਂ ਵੀ ਮੰਮਾ ਮਲਾਈ ਖਾਂਦੇ ਆ ਪਾਪਾ ਦੂਰ ਹੋ ਕੇ ਬਹਿ ਜਾਂਦੇ ਫਿਰ ਕਹਿ ਦਿੰਦੇ ਮੈਂ ਨੇੜੇ ਨਾ ਆਈ ਇਸੇ ਕਰਕੇ ਮੈਨੂੰ ਮਲਾਈ ਬੰਦ ਕਰਨੀ ਪਈ ਇਸ ਬੰਦੇ ਕਰਕੇ ਪਰੌਂਠੇ ਅੱਗੇ ਤਾਂ ਖਾਂਦੇ ਆ ਉਦੋਂ ਉਦੋਂ ਫਿਰ ਮੈਨੇ ਕਦੇ ਕਦੇ ਮੈਨੂੰ ਵਸ ਨਹੀਂ ਚੱਲਦੀ ਫਿਰ ਮੈਨੂੰ ਜਦੋਂ ਤੋੜ ਲੱਗ ਜਾਂਦੀ ਹੈ ਫਿਰ ਮੈਂ ਖਾ ਲੈਂਦੀ ਹਾਂ ਮਲਾਈ ਠੀਕ ਹੈ ਬਸ ਮੰਮਾ ਬਸ ਨਹੀਂ ਆਪਦੀ ਆਪਦੀ ਪਰੌਂਠੀ ਫਿਨਿਸ਼ ਕਰੋ ਨਿੰਬੂ ਦੇ ਮਿੱਠੇ ਮਿੱਠੇ ਚਾਰ ਨਾਲ 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 ਪੀਓ ਦੁੱਧ ਦੇਖੋ ਮਜ਼ਾ ਆਉਂਦਾ ਚਲੋ ਗਾਈਸ ਮਿਲਦੇ ਹਾਂ ਲੇਟ ਹੋ ਜਾਵਾਂਗੇ 7:20 ਹੋ ਗਏ 7:30 ਤਾਂ ਜਾਣਾ ਅਜੇ ਸਾਡੀਆਂ ਰੋਟੀਆਂ ਦਾ ਹੀ ਲੋਰਾ ਨੰਗਾ ਪਿਆ ਬਣਾਉਣ 'ਚ ਡਰੈਸ ਪਾ ਲਓ ਜੀ ਡਰੈਸ ਜਲਦੀ ਪੀ ਦੁੱਧ ਖੜੋ ਚਲੋ ਜਾ ਕੀ ਦੌੜਦਾ ਕੀ ਹੋ ਗਿਆ ਓਹੋ ਮੁਗਨੀ ਤਾਂ ਮੈਂ ਝਾਕੀ ਨਹੀਂ ਸੀ ਇੱਥੇ ਧੁੱਪ ਵੀ ਨਹੀਂ ਲੱਗੀ ਨਿਕਲੀ ਜਨਾਬ ਜੀ ਮੀਂਹ ਨਾਲ ਠੰਡਾ ਠੰਡਾ ਮੌਸਮ ਤੜਕੇ ਲਾ ਲਈਆਂ ਕਾਲੀਆਂ ਐਨਕਾਂ ਮੁੰਡੇ ਨੇ ਕਾਲੀਆਂ ਐਨਕਾਂ ਲਾਉਣ ਚੱਲੇ ਜਵਾਕਾਂ ਨੂੰ ਛੱਡਣ ਬਾਏ ਬਾਏ ਆਲ ਦਾ ਬੈਸਟ ਸੋਹਣਾ ਸੋਹਣਾ ਪੇਪਰ ਕਰਕੇ ਆਉਣਾ ਪੇਪਰ ਬੋਰਡ ਪਾ ਲਿਆ ਸਾਬੂ ਤੇਰੇ ਬੈਗ 'ਚ ਪੇਪਰ ਬੋਰਡ ਕਿੱਟ ਕੀ ਕਰਾਂ ਹੁਣ ਲਾ ਲਓ ਇਹਦੇ 'ਚ ਕਿਹਨੇ ਰੱਖੀਆਂ ਅੱਛਾ ਕੱਲ੍ਹ ਦੁਪਹਿਰੇ ਛੱਡਣ ਗਏ ਸੀ ਜਦੋਂ ਆਈਸ ਹੋਈ ਪਈ ਆਈਸ ਬਾਏ ਬਾਏ ਆਲ ਦਾ ਬੈਸਟ ਬਾਏ ਅੱਜ ਤਾਂ ਮੌਸਮ ਠੰਡਾ ਹੋਇਆ ਪਿਆ ਠੰਡਾ ਪਾਣੀ ਹਜੇ ਖੜਾ ਮੀਂਹ ਦਾ ਆਹ ਵਾਲੀ ਰੱਸੀ ਬੰਨਣ ਵਾਲੀ ਆ ਪਤਾ ਨਹੀਂ ਕਦੋਂ ਬੰਨੀ ਜਾਊਗੀ ਅੱਛਾ ਅੱਛਾ ਵੈਦਰ ਹੋਇਆ ਹੁਣ ਤਾਂ ਐਂ ਲੱਗਦਾ ਜਿਵੇਂ ਠੰਡ ਸਰਦੀਆਂ ਆਉਣ ਵਾਲੀਆਂ ਨਾ ਜਿਸ ਹਿਸਾਬ ਨਾਲ ਹੁਣ ਦਾ ਮੌਸਮ ਆ ਜੇ ਨਿਕਲ ਆਈ ਧੁੱਪ ਫਿਰ ਪਤਾ ਲੱਗੂ ਵੀ ਭਾਦੋ ਚੱਲਦਾ ਪਿਆ ਭਾਦੋ ਚੱਲਦਾ ਪਿਆ ਭਾਦੋ ਖਲਾਰਾ ਦੇਖੋ
ਸਾਡੇ ਸਭ ਤੋਂ ਜ਼ਿਆਦਾ ਖਿਲਾਰਾ ਹੈਗਾ ਉਹ ਚਾਦਰ ਲੈ ਕੇ ਆਈ ਸੀ ਮੈਂ ਬਦਲਣੀ ਆ ਟਿਫਨ ਸਰਾਣੇ ਯੇ ਵੋ ਸਭ ਕੁਛ ਫੁੱਲ ਔਨ ਖਿਲਾਰਾ ਫੁੱਲ ਔਨ ਖਿਲਾਰਾ ਅੱਜ ਹੁਣੇ ਤੁਹਾਨੂੰ ਕਲੀਨ ਕਰਕੇ ਦਿਖਾਉਂਦੇ ਹਾਂ ਬੈਡਸ਼ੀਟ ਬਦਲਦੇ ਹਾਂ ਸਾਰਾ ਕੁਛ ਚੱਕਦੇ ਹਾਂ ਸਮਾਨ ਸਾਰਾ ਲੈ ਗਏ ਨਾ ਕੁਛ ਰਹਿ ਤਾਂ ਨਹੀਂ ਗਿਆ ਓਕੇ ਲਓ ਗਾਈਸ ਬੈਡਸ਼ੀਟ ਆਪਾਂ ਉਹਨੇ ਵਿਛਾਤੀ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਨਾ ਕਮਰਾ ਫੈਲਿਆ ਹੋਇਆ ਕਲੀਨ ਕਰਤਾ ਇੱਕਦਮ ਇਹ ਵਾਲਾ ਪਿੱਲੋ ਉਹੀ ਆ ਜਿਹੜਾ ਤੁਹਾਨੂੰ ਦੱਸਿਆ ਸੀ ਸਰਵਾਈਕਲ ਪਿੱਲੋ ਇਹ ਮੈਂ ਤਾਂ ਨਹੀਂ ਰੱਖਿਆ ਜਿਹਦਾ ਮੈਂ ਦੇਖਦੀ ਹਾਂ ਕਵਰ ਕਹਿੰਦੇ ਇਹਦਾ ਕਵਰ ਨਹੀਂ ਆਉਂਦਾ ਗਾ ਬਹੁਤ ਵੱਡਾ ਗਾ ਤਾਂ ਮੈਂ ਦੇਖਦੀ ਸੀ ਕੋਈ ਵੱਡਾ ਕਵਰ ਲੱਭ ਜੇ ਘਰੇ ਜਾਂ ਫਿਰ ਇਹਦਾ ਬਣਵਾਵਾਂਗੇ ਤਾਂ ਮੈਂ ਇਹਦਾ ਸਾਈਡ 'ਤੇ ਰੱਖਿਆ ਹੋਇਆ ਜੇ ਇਹਦੇ ਕਵਰ ਦਾ ਜੁਗਾੜ ਕਰਦੀ ਹਾਂ ਫਿਰ ਤੁਹਾਨੂੰ ਦਿਖਾਉਂਗੀ ਜੇ ਮਿਲ ਗਿਆ ਤਾਂ ਬਾਕੀ ਆਪਾਂ ਕਮਰਾ ਇੱਕਦਮ ਪਰਫੈਕਟ ਕਰਤਾ ਸਾਰੇ ਪਾਸਿਓਂ ਦੇਖੋ ਦੇਖੋ ਫੋਨ ਹੀ ਫੋਨ ਫੋਨ ਹੀ ਫੋਨ ਫੋਨ ਹੀ ਫੋਨ ਰਿਮੋਟ ਫੋਨ ਰਿਮੋਟ ਫੋਨ ਸਾਰਾ ਕੁਛ ਅਤੇ ਚਲੋ ਫਰੀ ਹੋ ਕੇ ਫਿਰ ਅਗਲਾ ਕੰਮ ਕਰਦੇ ਹਾਂ ਫਿਰ ਮਿਲਦਾ ਤੁਹਾਨੂੰ ਬਾਹਰ ਫਿਰ ਬੱਦਲ ਹੋਏ ਪਏ ਆ ਕੱਪੜੇ ਸੁੱਕਣੇ ਪਾ ਕੇ ਆਏ ਹਾਂ ਸ਼ਾਇਦ ਮੀਂਹ ਆ ਜੇ ਦੁਬਾਰਾ ਤੋਂ ਅਤੇ ਆਪਾਂ ਜਲਦੀ ਜਲਦੀ ਕੰਮ ਨਿਬੇੜ ਲਈਏ ਕਿਉਂਕਿ 11 ਵਜੇ ਨੂੰ ਬੱਚਿਆਂ ਨੇ ਵਾਪਸ ਆ ਜਾਣਾ ਫੋਨ ਨੂੰ ਲਾਈਏ ਚਾਰਜ ਫਿਰ ਮਿਲਦੇ ਹਾਂ ਤੁਹਾਨੂੰ ਲੋ ਗਾਈਸ ਫਾਈਨਲੀ ਆਪਾਂ ਨੇ ਸਰਵਾਈਕਲ ਪਿੱਲੋ 'ਤੇ ਕਵਰ ਛੁਡਾ ਤਾ ਕਾਮਯਾਬ ਹੋ ਗਏ ਆਪਾਂ ਪਿੱਲੋ ਨੂੰ ਵੱਡਾ ਕਰ ਲਿਆ ਆਪਾਂ ਕਵਰ ਨੂੰ ਵੱਡਾ ਕਰ ਲਿਆ ਪਿੱਲੋ ਤਾਂ ਵੱਡਾ ਸੀਗਾ ਹੀ ਸਰ ਗਿਆ ਆਪਣਾ ਚਲੋ ਜਿੰਨੇ ਦਿਨ ਕੱਢਦਾ ਫਿਰ ਹੋਰ ਜੁਗਾੜ ਕਰ ਲਾਂਗੇ ਤੁਹਾਨੂੰ ਸਰਵਾਈਕਲ ਪਿੱਲੋ ਨਾਲ ਫਰਕ ਪਿਆ ਕੁਛ ਕੀ ਰਿਵਿਊ ਆ ਤੁਹਾਡੇ ਸਰਵਾਈਕਲ ਪਿੱਲੋ ਬਾਰੇ ਸਹੀ ਹੈ ਕੈਂਟ ਦੁਖਦੀ ਨਹੀਂ ਧੌਣ ਉਹ ਲੈ ਗਏ ਕਦੋਂ ਦਾ ਡਿੱਕੀ ਆ ਦੇ ਦੇ ਮੈਨੂੰ ਦੇ ਮੈਨੂੰ ਇੰਨਾ ਟਾਈਮ ਲਾਤਾ ਚਲੋ ਆਰੀ ਜਗ੍ਹਾ 'ਤੇ ਪਹੁੰਚ ਗਿਆ ਕੈਂਟ ਲੈਣਾ ਚਾਹੀਦਾ ਜਿਹਨੂੰ ਕਿਸੇ ਨੂੰ ਸਰਵਾਈਕਲ ਯੂਜ਼ ਕਰ ਸਕਦੇ ਹਾਂ ਗਾਈਸ ਤੁਸੀਂ ਜੇ ਤੁਹਾਨੂੰ ਕਿਸੇ ਨੂੰ ਸਰਵਾਈਕਲ ਆ ਤਾਂ ਫਰਕ ਪਊਗਾ ਕੰਫਰਟੇਬਲ ਆ ਲਓ ਜੀ ਗਾਈਸ ਟਾਈਮ ਹੋ ਗਿਆ 11:15 ਵਜੇ ਦਾ ਆਪਾਂ ਆਲੂ ਛਿਲਦੇ ਪਏ ਸੀਗੇ ਆਲੂ ਬੋਇਲ ਕੀਤੇ ਸੀਗੇ ਕਿਉਂਕਿ ਗੁਨੂ ਦੀਦੀ ਕਹਿ ਕੇ ਗਈ ਸੀ ਕਿ ਮੈਂ ਆਲੂ ਵਾਲੇ ਸੈਂਡਵਿਚ ਖਾਣੇ ਆ ਮੰਮਾ ਬਣਾ ਦਿਓ ਅਤੇ ਜਨਾਬ ਜੀ ਗਏ ਹੋਏ ਆ ਬੱਚਿਆਂ ਨੂੰ ਲੈਣ ਸਕੂਲੋਂ ਆਪਾਂ ਉਹਦੇ ਕੰਮ 'ਤੇ ਲੱਗੇ ਹੋਏ ਹਾਂ ਅਤੇ ਫਿਰ ਉਹਨਾਂ ਨੂੰ ਅੱਜ ਬਣਾ ਕੇ ਖਵਾਉਂਦੇ ਹਾਂ ਆਲੂ ਵਾਲੇ ਸੈਂਡਵਿਚ ਦੇਖਦੇ ਹਾਂ ਪਹਿਲਾਂ ਪੁੱਛਦੇ ਹਾਂ ਕਿਵੇਂ ਦਾ ਪੇਪਰ ਹੋਇਆ ਅਜੇ ਤੱਕ ਪਹੁੰਚੇ ਨਹੀਂ ਮੈਂ ਅੱਜ ਜਲਦੀ ਭੇਜਤਾ ਮੈਂ ਕਿਹਾ ਜਲਦੀ ਜਾਓ ਗੁੰਨੂ ਪਹਿਲਾਂ ਆ ਜਾਂਦੀ ਦੇਖਿਓ ਆ ਕੇ ਗੱਲ ਦੇਣਗੇ ਮੈਂ ਉੱਥੇ ਖੜਾ ਰਿਹਾ ਇੰਨਾ ਟਾਈਮ ਗੁੰਨੂ ਆਈ ਨਹੀਂ ਮੇਰਾ ਆਲੂ ਫਸ ਗਿਆ ਇਹਦੇ 'ਚ ਆ ਜਾਓ ਬੱਚਿਓ ਆ ਜਾਓ ਆਲੂ ਵਾਲੇ ਸੈਂਡਵਿਚ ਖਾ ਲਓ ਗੁੰਨੂ ਦੇ ਫੇਵਰੇਟ ਆ ਸੈਬੂ ਕਹੂਗਾ ਮੈਨੂੰ ਖੀਰੇ ਵਾਲੇ ਬਣਾ ਕੇ ਦਿਉ ਗੁੰਨੂ ਕਹਿੰਦੀ ਆ ਮੈਨੂੰ ਆਲੂ ਵਾਲੇ ਬਣਾ ਕੇ ਦਿਉ ਸਾਰਿਆਂ ਦੀ ਅੱਡ ਅੱਡ ਫਰਮਾਇਸ਼ਾਂ ਥੋੜ੍ਹੇ ਜਵਾਕ ਵੀ ਐਂ ਕਰਦੇ ਅੱਡ ਅੱਡ ਇੱਕ ਨੇ ਆਹ ਖਾਣਾ ਇੱਕ ਨੇ ਉਹ ਖਾਣਾ ਬਟ ਜੇ ਸੈਬੂ ਨੇ ਕਹਿਤਾ ਨਹੀਂ ਪੁੱਤ ਹੁਣ ਤੂੰ ਆਹ ਖਾ ਲਾ ਤੇਰੇ ਵਾਲੇ ਕੱਲ੍ਹ ਬਣਾ ਦੂੰਗੀ ਫਿਰ ਕਹੂਗਾ ਠੀਕ ਆ ਮੰਮਾ ਮਨ ਜਾਂਦਾ ਬਟ ਉਹਨੇ ਪਹਿਲੀ ਵਾਰ ਕਹਿਣਾ ਹੁੰਦਾ ਮੰਮਾ ਖੀਰੇ ਵਾਲੇ ਬਣਾਉਣੇ ਸੀ ਆਲੂ ਵਾਲੇ ਨਹੀਂ ਬਣਾਉਣੇ ਸੀ ਹਾਈ ਗਾਇਸ ਕਿਵੇਂ ਹੋ ਕਿਵੇਂ ਹੋਇਆ ਪੇਪਰ ਵਧੀਆ 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 ਹੋਇਆ ਜਾਂ ਵਧੀਆ ਹੀ ਹੋਇਆ ਵਧੀਆ ਹੋਇਆ ਵਧੀਆ ਓਏ ਆ ਗੈਪ ਤਾਂ ਤੇਰੇ ਪਾਪਾ ਲੈ ਕੇ ਗਏ ਸੀ ਪੇਪਰ ਕਿਵੇਂ ਹੋਇਆ ਸਭ ਸਾਰਾ ਗਲਤ ਯਾਨੀ ਕਿ ਸਾਰਾ ਸਹੀ ਓਪੋਜ਼ਿਟ ਵਰਡ ਜੇ ਸੈਬੂ ਸਾਰਾ ਗਲਤ ਕਹਿੰਦਾ ਤਾਂ ਸਾਰਾ ਸਹੀ ਜੇ ਸੈਬੂ ਸਾਰਾ ਗਲਤ ਕਹਿੰਦਾ ਤਾਂ ਜੇ ਸਾਰਾ ਸਹੀ ਤਾਂ ਸਾਰਾ ਹੀ ਗਲਤ ਹੋਏ ਹੋਏ ਦੋ ਪੇਪਰ ਹੋ ਗਏ ਚਾਹ ਜਾ ਨਹੀਂ ਹੁੰਦਾ ਦੋ ਨਿਬੜ ਗਏ ਨਾ ਸੈਬੂ ਕਿੰਨੇ ਨਿਬੜ ਗਏ ਦੋ ਉਹ ਤਾਂ ਗਿਣਿਆ ਨਹੀਂ ਜਾਂਦਾ ਜੀਕੇ ਦਾ ਤਾਂ ਕੋਈ ਨਾ ਵਿਚਾਰਾ ਮੇਨ ਪੇਪਰ ਤਾਂ ਦੋ ਨਿਬੜ ਗਏ ਸਾਹਿਬ ਦਾ ਵੀ ਪਹਿਲਾ ਪੇਪਰ ਓਰਲ ਹੀ ਸੀਗਾ ਹੈ ਨਾ ਸੈਬੂ ਥੱਕ ਗਿਆ
ਕੀ ਹੋ ਗਿਆ ਮੈਨੂੰ ਥੈਂਕ ਯੂ ਸੋ ਮਚ ਕਾਦੇ ਸੁਣੋ ਕਿ ਆਸੀ ਆ ਗਈ ਆਲੂ ਵਾਲੇ ਸੈਂਡਵਿਚ ਖਾਣੀ ਆ ਮੈਂ ਕਿਹਾ ਰਹੀ ਸੀ ਨਾ ਤੁਹਾਨੂੰ ਗਾਈ ਦੱਸਿਆ ਸੀ ਨਾ ਕਿ ਗੁੰਨੂ ਮੈਨੂੰ ਕਹਿ ਕੇ ਗਈ ਅੱਜ ਮੈਂ ਗੁੰਨੂ ਦੀ ਫਰਮਾਇਸ਼ ਤੇ ਬਣਾ ਰਿਹਾ ਆਲੂ ਵਾਲੇ ਸੈਂਡਵਿਚ ਉੱਥੇ ਬੈਠੀ ਆ ਮੈਂਮੈਨੂੰ ਆਲੂ ਦੇ ਪਰੌਂਠੇ ਖਾਣੇ ਮੈਂ ਨਹੀਂ ਖਾਂਦਾ ਆਲੂ ਦੇ ਪਰੌਂਠੇ ਖਾਣੇ ਆ ਗਾਈ ਐਵੇਂ ਨਹੀਂ ਖਾਂਦੇ ਐਵੇਂ ਖਾਂਦੇ ਆ ਥੈਂਕ ਯੂ ਸੋ ਮੱਚ ਆਏ ਸਭ ਕਹਿੰਦਾ ਮੈਂ ਆਲੂ ਦੇ ਪਰੌਂਠੇ ਖਾਣੇ ਤੇ ਰਾਤ ਵਾਲੇ ਪੈਸੇ ਬਚ ਜਾਣਗੇ ਕਿ ਆਲੂ ਦੇ ਪਰੌਂਠੇ ਖਾਣੇ ਆ ਸੈਂਡਵਿਚ ਖਾਣਾ ਮੈਂ ਸਮਝੌਤਾ ਕਰ ਲਓ ਸੈਂਡਵਿਚ ਆਈ ਨਹੀਂ ਆਉਂਦਾ ਪੀਜ਼ਾ ਤੇਰੇ ਕਹਿਣ ਤੇ ਪਹਿਲਾਂ ਪੜ੍ਹਨਾ ਜਿਹੜਾ ਕੰਮ ਜਲਦੀ ਕਰੂਗਾ ਸ਼ਰਤਾਂ ਰੱਖੀਆਂ ਜਾਂਦੀਆਂ ਗਾਈ ਸ਼ਰਤਾਂ ਪੇਪਰਾਂ 'ਚ ਸ਼ਰਤਾਂ ਰੱਖੀਆਂ ਜਾਂਦੀਆਂ ਹੈਨਾ ਜਿਹੜਾ ਜਲਦੀ ਜਲਦੀ ਪੜ੍ਹੂਗਾ ਮੇਰੇ ਦਿੱਤੇ ਸਿਲੇਬਸ ਜਲਦੀ ਕੰਪਲੀਟ ਕਰੂਗਾ ਉਹਨੂੰ ਮਿਲੂਗਾ ਸੈਂਡਵਿਚ ਉਹਨੂੰ ਮਿਲੂਗਾ ਸੈਂਡਵਿਚ ਟੀਵੀ ਦੇਖਣਾ ਹੀ ਆ ਕਿਉਂ ਦੇਖਣਾ ਟਿਊਸ਼ਨ ਮੈਮ ਨੇ ਮਨਾ ਕੀਤਾ ਮੈਮ ਤੁਸੀਂ ਜੇ ਵਲੌਗ ਦੇਖਦੇ ਹੋ ਤਾਂ ਦੱਸਿਓ ਆ ਦੇਖ ਲਓ ਮੰਮੀ ਹੁਣ ਤਾਂ ਹਿੰਦੀ ਦਾ ਪੇਪਰ ਹੈ ਕਿਹੜੀ ਟਿਊਸ਼ਨ ਹੈ ਨਾ ਹਿੰਦੀ ਦਾ ਪੇਪਰ ਹੈ ਤਾਂ ਫੇਰ ਪੜ੍ਹਨਾ ਨਹੀਂ ਮੰਮੀ ਪੜ੍ਹੂਗੀ ਲੈ ਹਿੰਦੀ ਦਾ ਤਾਂ ਸਭ ਤੋਂ ਔਖਾ ਆ ਗਿਆ ਆ ਗਈ ਕੁੜੀ ਮੇਰੀ ਵੱਡੀ ਕੁੜੀ ਆ ਗਈ ਘਰੇ ਜੀ ਵੱਡੀ ਜਾਊ ਕਰਦ ਨਾਲ ਜਿਹੜੀ ਦੋਤਰੋ ਚੱਲਦੀ ਆ ਸਾਰਾ ਦਿਨ ਤੇ ਹੈਗਾ ਹੀ ਆ ਕਿ ਜੇਬ ਚੋਂ ਕੱਢ ਕੇ ਦਿਖਾ ਦਿਆ ਕਰ ਜੇਬ ਚ ਪਾ ਕੇ ਲੈ ਜਾ ਕਰ ਬਸ ਗਾਈਜ਼ ਅੱਜ ਮੰਮਾ ਨੇ ਮੇਰੀ ਫਰਮਾਇਸ਼ ਤੇ ਬਣਾਇਆ ਆਲੂ ਦੇ ਸੈਂਡਵਿਚ ਹੁਣ ਆਪਾਂ ਖਾਵਾਂਗੇ ਤਵਾ ਹੋ ਰਿਹਾ ਆਪਣਾ ਗਰਮ ਆਪਾਂ ਸੋਸਿਸ ਸਾਰਾ ਜੋ ਵੀ ਆਪਾਂ ਸਮਾਨ ਪਾਉਣਾ ਸੀ ਉਹ ਪਾ ਤਾ ਆਲੂ ਵੀ ਪਾ ਤਾ ਮੈਸ਼ ਕਰਕੇ ਉਹ ਦੇਖੋ ਉਹ ਸੀਗੇ ਤਿਆਰ ਹੋਈ ਜਾਂਦੇ ਆ ਮੰਮ ਮੈਂ ਸੇਕੂੰਗਾ ਠੀਕ ਹੈ ਮੈਂ ਉਹ ਕੱਢ ਲਵਾਂ ਕੀ ਕਹਿੰਦੇ ਆ ਜਿੰਨਾ ਪਲਾਸਟਿਕ ਹੈ ਹਨਾ ਫੋਨ ਤੇ ਕੁਛ ਕਰੀ ਜਾਂਦੇ ਸੀ ਪਾਪਾ ਪਤਾ ਨਹੀਂ ਫੋਨ ਦੇਖੀ ਜਾਂਦੇ ਸੀ ਆਈਫੋਨ ਪੁੱਛ ਕੇ ਆ ਕੇ ਵਲੌਗ ਹੋ ਗਿਆ ਪੁੱਛ ਦੇ ਜੋ ਅਕਾਲੇ ਖਾਂਦੇ ਬਣ ਰਹੇ ਸੈਂਡਵਿਚ ਤੀ ਰਾਣੀ ਹੈਲਪ ਕਰਾ ਰਹੀ ਹੈ ਯੈਸ ਲਾਜ ਨਹੀਂ ਆ ਪੈਣਾ ਕੈਨ ਨਹੀਂ ਕਹਿੰਦੇ ਲੈਪਟਾਪ ਦੇਖ ਲਾਂਗੇ ਤੇ ਨਹੀਂ ਤੋ ਮੈਨੂੰ ਸੈਂਡਵਿਚ ਬਣਾ ਮੈਂ ਕਿਹਾ ਹੁਣ ਟੀਵੀ ਤੇ ਨਿਗਾ ਫਿਰ ਲੈਪਟਾਪ ਤੇ ਨਿਗਾ ਤੇ ਫਿਰ ਪੜ੍ਹਨਾ ਨਿਗਾ ਵਾਲਾ ਕੋਈ ਕੰਮ ਨਹੀਂ ਕਰਦਾ ਬੰਦਾ ਬਸ ਹੁਣ ਬੈਠਾ ਰਹਿੰਦਾ ਹਾਂ ਮੈਂ ਕਿਹਾ ਕਹਿੰਦੇ ਸੈਂਡਵਿਚ 2 ਮਿੰਟ ਹੋ ਤਾਂ ਗਏ ਕਦੋਂ ਦੇ ਬਸ ਜਦੋਂ ਮੈਂ ਕਮਰੇ 'ਚ ਪਹੁੰਚ ਗਈ ਬਾਅਦ ਜਦੋਂ ਅਸੀਂ ਦੇਖਾਂਗੇ ਉਦੋਂ ਦੇਖ ਲਿਓ ਸਾਡੇ ਨਾਲ ਠੀਕ ਹੈ ਅਸੀਂ ਅੱਜ ਦੇਖਾਂਗੇ ਇਹ ਕੋਈ ਗਾਰੰਟੀ ਨਹੀਂ ਇਹ ਗੁੰਨੂ ਦੇ ਜਿਹੜਾ ਪੈਂਡ ਆ ਅੱਜ ਤਾਂ ਖਾਣਾ ਹੈ ਕੀ ਖਾਣਾ ਉਹਨਾਂ ਸੈਂਡਵਿਚ ਬਣਾ ਲਿਆ ਗੋਲ ਗੱਪੇ ਮੰਮਾ ਨੇ ਪਾਈ ਹੈ ਸੌਸ ਵਗੈਰਾ ਸਭ ਕੁਝ ਜਿਹਨੇ ਖਾਣੀ ਚੱਕ ਕੇ ਲੈ ਕੇ ਆਓ
ਹਾਂ ਮੈਂ ਤਾਂ ਖਾਣੀ ਨਹੀਂ। ਆਇਆ ਸਵਾਦ। ਐਡਡ ਸੌਸਿਸ ਦਾ ਫਲੇਵਰ। ਲੋ ਗਾਈ ਸੈਂਡਵਿਚ ਆਪਣੇ ਬਣ ਗਏ ਸੀ ਤੇ ਦੋਨੋਂ ਜਾਣੇ ਖਾਣ ਲੱਗ ਗਏ ਨੰਨੇ ਮੁੰਨੇ। ਓਏ ਕਿਵੇਂ ਬਣਿਆ? ਟੇਸਟੀ ਬਣਿਆ? ਆਲੂ ਦੇ ਪਰੌਂਠੇ ਖਤਾ ਨਹੀਂ ਖਾਣੇ ਸੀ? ਖਾਣੇ ਆ? ਸੁਬਾ ਬਣਾਵਾਂਗੇ। ਹੋਰ ਰਾਤ ਨੂੰ ਖਾਣੇ? ਕੱਲ ਤਾਂ ਘਰੇ ਆ। ਫਿਰ ਮੈਡਮ ਨੂੰ ਗਿਫਟ ਦੇ ਦੇ। ਟੀਚਰ ਡੇ ਤਾਂ ਛੁੱਟੀ ਆ ਗਈ, ਤੂੰ ਇਹਦਾ ਕੀ ਕਰੀ ਜਾਂਦੀ ਆ ਹੁਣ? ਘੜੀ ਤਾਂ ਲਾ ਦਿੰਦੀ ਆ ਕੇ ਮਹਾਰਾਣੀ। ਲੋ ਗਾਈਜ਼ ਆਪਾਂ ਵੀ ਇੱਕ ਖਾ ਲਈਏ ਸੈਂਡਵਿਚ, ਨਾਲ ਪੀ ਲਈਏ ਕੌਫੀ, ਐਕਟਿਵ ਜੇ ਹੋ ਜਾਈਏ ਇਹਨਾਂ ਨੂੰ ਕੁੱਟਣ ਵਾਸਤੇ। ਠੀਕ ਹੈ, ਸਾਰੀ ਡੀਲ ਡਨ ਹੋ ਗਈ। ਗੁਨੂੰ ਕਹਿੰਦੀ ਮੰਮਾ ਮੈਂ 6 ਵਜੇ ਤੈਨੂੰ ਕੰਮ ਨਵੇੜ ਦੇਣਾ, ਅਤੇ ਫਿਰ ਗੁਨੂੰ ਨੂੰ ਮੈਂ 6 ਵਜੇ ਖਵਾਉਣੇ ਆ ਗੋਲ ਗੱਪੇ। ਹਾਂ ਜੇ ਕੰਮ ਨਿਬੜੂਗਾ ਤਾਂ 6 ਵਜੇ ਤੋਂ ਪਹਿਲਾਂ ਪਹਿਲਾਂ, ਨਹੀਂ ਤਾਂ ਉਦੋਂ ਬਾਅਦ ਰੋਟੀ ਦਾ ਟਾਈਮ ਹੋ ਜਾਣਾ, ਫਿਰ ਗੋਲ ਗੱਪੇ ਕੈਂਸਲ। ਮੈਂ ਤਾਂ ਵਾਅਦਾ ਕੀਤਾ, ਮੈਂ ਤਾਂ ਦੱਸਿਆ ਤੈਨੂੰ, ਤੂੰ ਖਿੱਚ ਕੇ ਕਰ ਲਈ ਜੇ ਤੂੰ ਖਾਣੇ। ਬਸ 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 ਚੱਕ ਸੈੱਟ ਤਾਂ ਰਿਮੋਟ, ਇਹਦੀ ਰਿਮੋਟ ਦੀ ਖੈਰ ਨਹੀਂ ਗੀ। ਆ ਜਾਓ ਜਨਾਬ ਜੀ, ਹੁਣ ਭੱਜ ਜੂਗਾ। ਇੱਕ ਮਿੰਟ ਰੁਕੋ, ਹਜੇ ਤਿਆਰ ਨਹੀਂ ਹੋਏ। ਕੀ ਚੱਲ ਰਿਹਾ ਇਹ? ਪੜ੍ਹਨ ਵਾਸਤੇ ਗਿਆ ਤੁਹਾਨੂੰ, ਹੋਰ ਹੀ ਕੰਮਾਂ ਤੇ ਹੋ ਗਏ ਤਿੰਨੋਂ ਜਾਣੇ। ਏਦਾਂ ਦਿਖਾਈ, ਆਹ ਕੀ ਲਾਇਆ? ਆਹ ਟਿੱਕਾ ਕਿ ਨਹੀਂ ਲਾਇਆ? ਸੈਬੂ ਨੇ ਲਾਇਆ। ਪਾਪਾ ਦਾ ਕਿਉਂ ਕਰਦੇ ਪਏ ਆ ਮੇਕਅਪ? ਦੇਖ ਲੋ ਦੇਖ ਲੋ, ਇਹ ਕੁੜੀ ਮੇਰੀ ਲਿਪਸਟਿਕ ਖਰਾਬ ਕਰੀ ਜਾਂਦੀ ਆ। ਹਾਏ ਕਿੰਨੀ ਲਾਤੀ! ਕਮਲਾ ਹੋ ਗਿਆ ਮੇਰਾ ਟੱਬਰ, ਕਮਲਾ ਆ ਗਿਆ। ਮੈਂ ਕਿੱਥੇ ਲੈ ਕੇ ਜਾਵਾਂ? ਲਵਾ ਲੋ ਹੁਣ, ਤੂੰ ਕੀ ਕਰਕੇ ਆਇਆ? ਇਹਨਾਂ ਨੂੰ ਕੁੜੀ ਬਣਨ ਦਾ ਚਾਅ ਚੜਿਆ ਸਭ ਨੂੰ। ਦਿਖਾਈ ਮੋਟੇ, ਦੇਖ ਲੋ ਅੱਜ ਤੈਨੂੰ ਤੈਨੂੰ ਗੁਨੂੰ ਤੇ ਪਾਪਾ ਪੜਾਉਣਗੇ। ਠੀਕ ਹੈ, ਉਹ ਵੀ ਪਿਆਰ ਨਾਲ। ਮੈਂ ਆਲਰੇਡੀ ਮੁੰਡਾ ਗਾ, ਸੈਬੂ ਦਿਖਾ ਮੈਨੂੰ, ਥੱਲੇ ਬਹਿ ਕੇ ਆਈ ਨੀ ਦਿਖਦਾ, ਲਾਈਟ ਪੈਂਦੀ ਉਧਰੋਂ ਨਾ। ਹੁਣ ਸੈਬੂ ਨੂੰ ਤਾਂ ਸੰਗ ਆ ਜੀ, ਪਾਪਾ ਨੂੰ ਤਾਂ ਆਈ ਨੀ ਸੰਗ ਨੋ। ਚਲੋ ਆ ਜਾਓ ਗਾਈਸ, ਕਿਤਾਬਾਂ ਅਸੀਂ ਚੱਕ ਲਈਆਂ, ਇਹਨਾਂ ਦੀ ਸ਼ਰਾਰਤਾਂ ਹੋ ਗਈਆਂ ਸੀ ਸ਼ੁਰੂ। ਨੇੜੇ ਦਿਖਾਉਣਾ, ਜਦ ਦਿਖਾਉਣੀ ਆ ਤਾਂ ਆਰਾਮ ਨਾਲ ਬੈਠ। ਸੈਬੂ ਨੂੰ ਸੰਗ ਲੈ,
ਜਮਾ ਨਹੀਂ ਦਿਖਾਉਂਦਾ। ਦੇਖੋ ਪਾਪਾ ਕਿੰਨੇ ਸੋਹਣੇ ਲੱਗ ਰਹੇ। ਚਲ ਸਾਫ ਕਰੋ ਗੰਦੇ ਬਾਤ। ਨਹੀਂ ਅੱਜ ਬਾਬਾ ਐਵੇਂ ਜਾਣਗੇ ਬਾਹਰ ਵੀ ਘੁੰਮਣ ਐਵੇਂ ਜਾਣਗੇ। ਕੁੜੀ ਬਣ ਕੇ ਬਿੰਦੀ ਵੀ ਆਪਾਂ ਲਾ ਤੀ, ਹੁਣ ਚੁੰਨੀ ਰਹਿ ਗਈ ਲਾਉਣ ਵਾਲੀ ਤੇ ਸੂਟ ਪਾਉਣ ਵਾਲਾ ਰਹਿ ਗਿਆ। ਫਿਰ ਐਵੇਂ ਤੂੰ ਰੁਕੀ ਮੰਮਾ ਨੂੰ ਫੜ ਕੇ। ਸਾਬੂ ਬਾਹਰ ਚਿੱਕਣ ਨਾ ਕਰ, ਹੁਣ ਛਿੱਟੇ ਮਾਰੀਆਂ ਨਾ ਪੋਚੇ, ਹੁਣੇ ਲਾ ਕੇ ਗਈ ਆ ਹਜੇ ਰਿੰਕੀ ਆਂਟੀ। ਪਾਪਾ ਨੂੰ ਕੋਈ ਮਤਲਬ। ਚਲੋ ਬਸ ਸਟਾਪ। ਮੰਮੀ ਕਿਸੀ ਹੈ? ਮੰਮੀ ਨੇ ਬੋਲਦੀ ਅੱਜ, ਤੂੰ ਤਾਂ ਸੰਗ ਜਾਂਦੀ ਆ ਜਾਂਦੀ। ਚਲੋ ਲਓ ਭਾਈ ਅੱਜ ਹਿੰਦੀ ਹਿੰਦੀ ਪੜ੍ਹਨੀ ਹੈ, ਦੋ ਦਿਨ ਅੱਜ ਤੇ ਕੱਲ੍ਹ ਤੁਹਾਨੂੰ ਹਿੰਦੀ ਹਿੰਦੀ ਮਿਲੂਗੀ, ਦੋਨਾਂ ਦਾ ਪੇਪਰ ਹੈਗਾ ਹਿੰਦੀ ਦਾ। ਹੈਲੋ ਗਾਈਸ, ਹੈਲੋ। ਪੜ੍ਹਦੇ ਪੜ੍ਹਦੇ ਉਹ ਲੱਗੀ ਸ਼ੋਕਿੰਗ ਸ਼ੋਕਿੰਗ ਨਿਊਜ਼ ਹੋ ਗਈ। ਅਸੀਂ ਅੰਦਰ ਪੜ੍ਹੀ ਜਾਂਦੇ ਸੀ, ਗੁਨੂੰ ਕਾਪੀ ਵੀ ਇੱਥੇ ਲਿਆਈ। ਜਨਾਬ ਜੀ ਕੰਮ ਚੱਲੇ ਸੀਗੇ, ਹੈ ਜਨਾਬ ਜੀ ਕੰਮ ਚੱਲੇ ਸੀਗੇ ਅਤੇ ਦੇਖਿਆ ਕਿ ਗੱਡੀ ਦੀ ਫਰੰਟ ਵਾਲੀ ਨੰਬਰ ਪਲੇਟ ਹੀ ਹੈ ਨਹੀਂ, ਇਹ ਨਹੀਂ ਹੁਣ ਪਤਾ ਲੱਗਿਆ। ਬਟ ਇਹ ਡਿੱਗੀ ਨਹੀਂ, ਰਾਤ ਮੀਂਹ 'ਚ ਗਏ ਸੀ ਨਾ, ਪਾਣੀ ਬਹੁਤ ਜ਼ਿਆਦਾ ਸੀ, ਉੱਥੇ ਕਿਤੇ ਡਿੱਗੀ ਆ, ਨਟ ਪਤਾ ਨਹੀਂ ਕਿਵੇਂ ਲੂਜ਼ ਹੋ ਗਏ। ਵੈਸੇ ਤਾਂ ਇਹ ਖੁੱਲ੍ਹਦੇ ਨਹੀਂ ਗੇ, ਦੇਖਣੀ ਪਊਗੀ। ਆ ਜਾ ਤੂੰ ਸਾਈਕਲ ਤੇ, ਹੁਣ ਕੀ ਪਤਾ ਕਿੱਥੇ ਡਿੱਗੀ ਆ। ਹੁਣ ਕੀ ਪਤਾ ਇਹ ਕਿੱਥੇ ਡਿੱਗੀ ਆ। ਜਿਹੜੇ ਜਿਹੜੇ ਸਾਡੇ ਵਲੌਗ ਦੇਖਦੇ ਆ ਭਾਈ, ਜੇ ਕਿਸੇ ਨੂੰ ਸਾਡੀ ਨੰਬਰ ਪਲੇਟ ਡਿੱਗੀ ਹੋਈ ਲੱਭੀ ਆ ਤਾਂ ਸਾਨੂੰ ਜ਼ਰੂਰ ਮੈਸੇਜ ਕਰਕੇ ਦੱਸੋ ਦੱਸੋ ਦੱਸੋ। ਹੁਣ ਨਵੀਂ ਬਣਾਉਣੀ ਪਊਗੀ, ਬੈਠੇ ਬੈਠੇ ਕੀ ਹੋ ਗਿਆ ਨਵਾਂ। ਤੂੰ ਕਿੱਦਾਂ ਚੱਲਿਆ ਹੁਣ? ਸੈਬੂ ਚੱਲਿਆ ਸਾਈਕਲ ਤੇ ਨੰਬਰ ਪਲੇਟ ਲੱਭਣ। ਪਾਪਾ ਥੋੜੀ ਆ, ਪਾਪਾ ਤਾਂ ਇੱਥੇ ਗਏ ਆ ਕੰਮ। ਆ ਜਾ ਆ ਜਾ, ਉਹੀ ਭੱਜ ਗਿਆ। ਚੱਲ ਗੁਨੂੰ ਚੱਲੀ ਅੰਦਰ। ਨਿਕਲਣਾ ਸੀਗਾ, ਤਿੰਨ ਨਿਕਲ ਗਏ, ਰੋਜ਼ ਦਾ ਇੱਕ ਨਿਕ। ਇਹ ਤਾਂ ਹੁਣ ਚੱਲ ਕੁਰਲੀ ਕਰਕੇ ਆ, ਜਾ ਕੁਰਲੀ ਕਰਕੇ ਆ। ਕੀ ਸੀਗੀ? ਕਿੱਥੇ ਸਿੱਟ ਗਿਆ ਦੰਦ? ਦੰਦ ਨਾਲ ਹੀ ਲੈ ਗਿਆ। ਹੋਰ ਗਾਇਸ, ਇਹ ਐਵੇਂ ਮੂੰਹ 'ਚ ਪਾਉਂਦਾ ਸੀਗਾ, ਤੁਸੀਂ ਪੜ ਲਓ। ਇਹਦੇ ਨਾਲ ਪੰਗੇ ਲਈ ਜਾਂਦਾ ਸੀਗਾ, ਦੰਦ ਹੀ ਬਾਹਰ ਆ ਗਿਆ। ਹੁਣ ਆ ਕੇ ਦੱਸੂਗਾ ਕੀ ਕਰਦਾ ਸੀ। ਮੈਂ ਹੁਣ ਤਾਂ ਗਿਆ ਗੁੰਨੂ ਨੇ ਗਾਈ, ਜਿਹੜੀ ਗੁੰਨੂ ਦੀ ਜਾਹ ਟੁੱਟੀ ਸੀ ਨਾ ਉਹਦੇ ਰਾਤ ਨੂੰ, ਤੇ ਗੁੰਨੂ ਨੇ ਉਹ ਕਾਟਨ 'ਚ ਪਾ ਕੇ ਉੱਥੇ ਰੱਖਤੀ ਸੀਗੀ ਕਿ ਮੈਂ ਸੁਬਹਾ ਸਿੱਟੂੰਗੀ। ਹੁਣ ਤਾਂ ਰਾਤ ਹੋ ਗਈ, ਸੁਬਹਾ ਗੁੰਨੂ ਸਿੱਟਣੀ ਭੁੱਲ ਗਈ, ਕਿਸੇ ਨੂੰ ਸਾਨੂੰ ਯਾਦ ਨਹੀਂ ਆਈ। ਇਹ ਗੁੰਨੂ ਟਿਊਸ਼ਨ ਚਲੀ ਗਈ ਅਤੇ ਸਾਡੀ ਰਿੰਕੀ ਆਈ, ਉਹਨੇ ਡਸਟਿੰਗ ਕੀਤੀ ਹੋਣੀ ਜਦੋਂ, ਅਤੇ ਉਹਨੇ ਕੂੜੇ 'ਚ ਲੈ ਗਈ ਉਹ। ਹੁਣ ਦੱਬ ਕੇ ਤਾਂ ਦੇਖਣਾ ਸੀਗਾ ਉਹਨੂੰ, ਕਿਉਂ ਦੱਬ ਕੇ? ਉਹਨੂੰ ਐਂ ਲੱਗਿਆ ਹੋਣਾ ਕਾਟਨ ਵੇਸਟ 'ਚ ਪਈ, ਉਹਨੇ ਚੱਕ ਕੇ ਸਿੱਟੀ ਕੂੜੇ 'ਚ। ਤੇ ਗੁੰਨੂ ਦਾ ਦੰਦ ਜਿਹੜਾ ਜਾੜ ਟੁੱਟੀ ਸੀ ਉਹ ਚਲੀ ਗਈ ਕੂੜੇ 'ਚ ਡਸਟਬਿਨ 'ਚ, ਤੇ ਹੁਣ ਤੁਸੀਂ ਸਾਰੇ ਜਣੇ ਪ੍ਰੇ ਕਰਿਓ ਕਿ ਗੁੰਨੂ ਦੀ ਜਾੜ ਆ ਜਾਏ। ਗੁੰਨੂ ਨੂੰ ਹੋਈ ਪਈ ਆ ਟੈਨਸ਼ਨ। ਸੈਬੂ ਕੀ ਕਰਦਾ ਸੀ? ਕਿਹੋ ਜਿਹਾ ਦੰਦ ਇਹਦਾ?
ਚੰਗੀ ਤਰ੍ਹਾਂ ਕੁਰਲੀ ਕਰ, ਮੂੰਹ ਚ ਪਾਣੀ ਭਰ ਕੇ ਰੱਖ। ਕਿਉਂ ਹੋ ਜੇ ਦੰਦ ਨਿੱਕੇ ਨਿੱਕੇ ਜੇ, ਕਾਂ ਖਾਦੇ ਜੇ, ਪਤਾ ਨੀ ਕਿਉਂ। ਅੰਦਰ ਕਹਿੰਦਾ ਕੀ ਹੈ? ਅੰਦਰੋਂ ਖਾਲੀ ਹੁੰਦੇ ਆ, ਦੇਖ ਖੋਖਲੇ, ਤਾਂ ਹੀ ਤਾਂ ਇਹ ਨਿਕਲ ਜਾਂਦੇ ਆ। ਇਹਨਾਂ ਨੂੰ ਦੁੱਧ ਵਾਲੇ ਦੰਦ ਕਹਿੰਦੇ ਆ। ਕਿੱਡਾ ਸਾਫ਼ ਸਾਫ਼ ਚਿੱਟਾ ਚਿੱਟਾ ਸਭ। ਹੁਣ ਇਹਦਾ ਵੀ ਲੈ ਉਂਗਲ ਹੀ ਲਾਉਣੀ ਕੁਰਲੀ ਕਰਕੇ, ਫਿਰ ਆ ਕੇ ਦਿਖਾਈ ਤੈਨੂੰ ਦੰਦ ਬੋੜਾ ਸਾਰੇ ਪਾਸੇ ਮੂੰਹ ਖੋਲ। ਹੁਣ ਮੇਰੀ ਜਾੜ ਆਊਗੀ, ਰੋਸ਼ਨਦਾਨ ਹੋ ਗਏ। ਗਾਈਜ਼ ਕਮੈਂਟ ਕਰਕੇ ਦੱਸਿਓ ਕਿ ਗੁਨੂੰ ਦੀ ਹੁਣ ਜਾੜ ਆਊਗੀ ਕਿ ਨਹੀਂ ਆਉਂਦੀ। ਗਾਈਜ਼ ਭੈਣੇ, ਗਾਈਜ਼ ਵੀਰੇ, ਸਾਰੇ ਜਾਣੇ ਜ਼ਰੂਰ ਦੱਸਿਓ। ਸੈਬੂ ਦੇ ਰੋਸ਼ਨਦਾਨ ਇੱਕ ਉੱਪਰ ਦਿਖਾ ਦੇ, ਦੋ ਥੱਲੇ। ਸੈਬੂ ਜਲਦੀ, ਸੈਬੂ ਤਿੰਨ, ਇੱਕ ਉੱਪਰ ਰੋਸ਼ਨਦਾਨ ਬਣ ਗਿਆ, ਦੋ ਥੱਲੇ ਬਣ ਗਏ। ਸੈਬੂ ਜਦੋਂ ਨਾ ਹੱਥ ਨਹੀਂ ਲਾਉਂਦੇ ਹੁੰਦੇ, ਨਾ ਹੱਥ ਲਾਉਣੇ, ਨਾ ਜੀਭ ਲਾਉਣਾ, ਨਾ ਹੀ ਖੂਨ ਨਿਕਲਦਾ। ਠੰਡਾ ਪਾਣੀ ਪੀ ਲਾ ਬਸ। ਘਬਰਾਟੇ ਤੇ ਘਬਰਾਟੇ ਹੋ ਜਾਂਦੇ ਸੁਬਹ ਦੇ। ਚਲੋ ਵਾਹਿਗੁਰੂ ਨੂੰ ਜੋ ਮਨਜ਼ੂਰ, ਕੁਛ ਵੱਡਾ ਹੋਣ ਤੋਂ ਟਲ ਗਿਆ ਆ ਪਾਈਗਾ। ਗੁਨੂੰ ਗੋਲ ਗੱਪੇ ਸਵਾਦ ਸੀ, ਸਵਾਦ ਨਹੀਂ ਸੀ ਕਿਉਂ? ਗੁਨੂੰ ਦੇ ਗਾਈ ਅੱਜ ਗੋਲ ਗੱਪੇ ਫਿਰ ਕੈਂਸਲ। ਗੋਲ ਗੱਪੇ ਨੇ ਸਗਾ ਗੁਨੂੰ ਨੂੰ ਮਹਿੰਗੀ ਚੀਜ਼ ਖਵਾਤੀ, ਸੈਬੂ ਨੂੰ, ਹੈਨਾ ਸੈਬੂ? ਕੈਂਟ ਚੀਜ਼ ਆ ਨਾ, ਸਵਾਦ ਲੱਗੀ। ਗੋਲ ਗੱਪੇ ਤੇ ਕੱਲ ਤੇ ਚਲਾ ਗਿਆ, ਅੱਜ ਕਹਿੰਦੇ ਸਾਨੂੰ ਚਿਕਨ ਨਾਲ ਰੋਟੀ ਖਵਾ ਦੇ। ਜੇ ਕੱਲ ਤੋਂ ਪਰਸੋਂ ਗਿਆ ਤਾਂ ਖੈਰ ਨੀ, ਰੋਜ਼ ਖਾ ਰਹੀ ਆ। ਅੱਜ ਉਹ ਵਲੌਗ ਚ ਸਮਰੀਤ ਤੇ ਨਮਰੀਤ ਵੀ ਆਪਦੇ ਪਾਪਾ ਨੂੰ ਕਹਿ ਰਹੀਆਂ ਸੀ, ਪਾਪਾ ਚਿਕਨ ਖਵਾ ਦਿਓ, ਪਾਪਾ ਚਿਕਨ ਖਵਾ ਦਿਓ। ਉਹਨਾਂ ਦੇ ਪਾਪਾ ਦਾ ਬਰਥਡੇ ਸੀ ਨਾ, ਕਹਿੰਦੇ ਸਾਨੂੰ ਚਿਕਨ ਖਵਾ ਦਿਓ, ਤੇ ਇੱਧਰ ਇਹਨਾਂ ਨੂੰ ਮਿਲ ਗਿਆ। ਜੇ ਨਮਰੀਤ ਤੇ ਸਮਰੀਤ ਨੂੰ ਮਿਲਿਆ ਤਾਂ ਸਾਨੂੰ ਕਮੈਂਟ 'ਚ ਜ਼ਰੂਰ ਦੱਸਿਓ ਭਾਈ, ਨਹੀਂ ਤਾਂ ਸਾਡੇ ਕੋਲ ਭੇਜ ਦਿਓ, ਅਸੀਂ ਖਵਾ ਦਿੰਦੇ ਹਾਂ। ਹਾਂ ਠੀਕ ਹੈ, ਜਲਦੀ ਜਲਦੀ ਮੇਰੇ ਚੈਨਲ ਦੀ ਕਮਿਊਨਿਟੀ ਪੋਸਟ।